ਸਵਾਬ ਨਾਲ ਵਾਲਤ ਭਜਨ ਬੰਦਗੀ ਸਿਮਰਨ ਦੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਖੇਤੀ ਕਰੋ ਕਹਿੰਦੇ ਕਰਾਂਗੇ ਮਨ ਦੇ ਹਲ ਕਰਨੀ ਦੀ ਕਿਰਸਾਨੀ ਸ਼ਰਮ ਦਾ ਪਾਣੀ ਤਨ ਦਾ ਖੇਤ ਨਾਮ ਦਾ ਬੀਜ ਸੰਤੋਖ ਦਾ ਸੁਹਾਗਾ ਗਰੀਬੀ ਦੀ ਵਾੜ ਪਿਤਾ ਜੀ ਕਰਾਂਗੇ ਅਸੀਂ ਖੇਤੀ ਉਹ ਕਹਿੰਦੇ ਦੂਜੀ ਕਰ ਕਹਿੰਦੇ ਮੈਂ ਖੇਤੀ ਕਰਦਾ ਹੀ ਪਿਆ ਮੇਰੀ ਖੇਤੀ ਜਦੋਂ ਤੋਂ ਸੰਸਾਰ ਚ ਆਇਆ ਮੇਰੀ ਖੇਤੀ ਸ਼ੁਰੂ ਹੋਈ ਉਹਨਾਂ ਨੇ ਕਿਹਾ ਹੱਟੀ ਪਾਲਾ ਕਹਿੰਦੇ ਹਾਣ ਹੱਟ ਕਰ ਆ ਜਾ ਸੱਚ ਨਾਮ ਕਰ ਵੱਤ ਹੱਟੀ ਪਾਈਏ ਸੱਚੇ ਨਾਮ ਦੀਆਂ ਵਸਤੂ ਰੱਖੀਏ ਸੁਰਤ ਸੋਚ ਕਰ ਭਾਣ ਸਾਰ ਸੁਰਤ ਸੋਚ ਦੇ ਭਾਂਡੇ ਆ ਉਹਨਾਂ ਵਿੱਚ ਰੱਖੀਆਂ ਹੋਈਆਂ ਵਣਜਾਰਿਆਂ ਨਾਲ ਵਣਜੇ ਸੰਤਾਂ ਮਹਾਂਪੁਰਸ਼ਾਂ ਭਗਤਾਂ ਨਾਲ ਸਾਡਾ ਭਗਤੀ ਦਾ ਹੀ ਵਣਜੇ ਦੁਨੀਆਂ 'ਚ ਵਣਜ ਕਰ ਲਓ ਆਪਣਾ ਨਾਮ ਦਾ ਹੀ ਕਰ ਲਓ ਹਰ ਇੱਕ ਦਿਨ ਮਾਂ ਪਿਓ ਭੈਣ ਭਾਈ ਘਰ ਵਾਲੀ ਬੱਚੇ ਰਿਸ਼ਤੇਦਾਰ ਹਰ ਇੱਕ ਨਾਲ ਵਣਜ ਨਾਮ ਦਾ ਕਰੀ ਜਾ ਲੈ ਲਾਹਾ ਮਨ ਹੱਸ ਸੁਦਾਗਰ ਬਣ ਜਾ ਕਹਿੰਦੇ ਸੁਦਾਗਰੀ ਵੀ ਮੈਂ ਕਰਦਾ ਸੁਣ ਸਾਧ ਸੁਦਾਗਰੀ ਸੱਤ ਘੋੜੇ ਲੈ ਚੱਲ ਖਰਚ ਬਣ ਚੰਗੀਆਂ ਆਈਆਂ ਮਤ ਬਣ ਜਾਣੇ ਕੱਲ੍ਹ ਨਰਕ ਸੱਤ ਦੇ ਘੋੜੇ ਨੇ ਸੱਚੇ ਘੋੜੇ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲੈ ਕਹਿੰਦੇ ਨੌਕਰ ਬਣਾ ਦੇਣਾ ਤੈਨੂੰ ਵੱਡਾ ਚਾਕਰੀ ਦਵਾਉਣੀ ਬੜਾ ਪੈਸਾ ਆਏਗਾ ਕਹਿੰਦੇ ਲਾਏ ਚਿੱਤ ਕਰ ਚਾਕਰੀ ਮੈਂ ਚਾਕਰੀ ਰੱਬ ਦੀ ਚਿੱਤ ਲਾ ਕੇ ਕਰਦਾ ਪਿਆ ਮੈਂ ਚਾਕਰ ਖਸਮ ਦਾ ਮਨ ਨਾਮ ਕਰ ਕੰਮ ਮਨ ਨਾਲ ਕੰਮ ਕਰਦਾ ਮੈਂ ਆਪਦੇ ਖਸਮ ਦੇ ਬਣ ਵਧੀਆ ਕਰ ਧਾਵਣੀ ਬੜਾ ਇਹ ਨਹੀਂ ਦੇਖਣਾ ਕਿ ਅੱਜ ਕਰਨਾ ਕੱਲ੍ਹ ਕਰਨਾ ਦਸ ਦਿਨ ਕਰਨਾ ਵੀਹ ਦਿਨ ਕਰਨਾ ਪਰ ਸਦਾ ਲਈ ਚਾਕਰ ਤਾਂ ਕੋ ਆਖੇ ਧੰਨ ਨਾਨਕ ਵੇਖੇ ਨਜ਼ਰ ਕਰ ਚੜੇ ਚੋਗਣ ਮਨ ਕਰਨ ਵਾਲਿਆਂ ਵਾਸਤੇ ਦਰਵਾਜ਼ੇ ਖੁੱਲ੍ਹੇ ਆ ਕਿਸੇ ਵੀ ਹਿੰਦੂ ਸਨਾਤਨ ਸਿੱਖ ਧਰਮ ਸਭ ਪਾਸੇ ਤੁਸੀਂ ਲੈ ਲਓ ਕੋਈ ਉਹ ਟੀਮਾਂ ਬਣਾ ਕੇ ਨਹੀਂ ਤੁਰੇ ਸੀ ਬਾਬਾ ਨਾਨਕ ਜੀ ਮੇਲਾ ਲਾ ਕੇ ਨਹੀਂ ਤੁਰੇ ਸੀ ਬੰਦੇ ਲੈ ਕੇ ਨਹੀਂ ਤੁਰੇ ਸੀ ਬਾਬਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਬਾਲਾ ਬਸ ਤਿੰਨ ਜਣੇ ਤੁਰ ਪਏ ਤੇ ਆਹ ਦੇਖ ਲਓ ਬਾਬਾ ਨਾਨਕ ਦੇਖ ਲਓ ਬਾਬਾ ਨਾਨਕ ਹਰ ਸ਼ਹਿਰ 'ਚ ਬਾਬਾ ਨਾਨਕ ਹਰ ਦੇਸ਼ ਵਿੱਚ ਬਾਬਾ ਨਾਨਕ ਪਿਓ ਦਾ ਪਟਵਾਰ ਖਾਨਾ ਵੀ ਛੱਡਦਾ ਦੌਲਤ ਖਾਨਾ ਵੀ ਛੱਡਦਾ ਫਕੀਰੀ ਲਿਬਾਸ ਪਹਿਨ ਲਿਆ ਬਾਬਾ ਨਾਨਕ ਦੇਵ ਜੀ ਤੁਰ ਪਏ ਇੱਥੋਂ ਇੱਕ ਉਹਨੂੰ ਸਾਥ ਲੈ ਕੇ ਇੱਕੋ ਨੂੰ ਮਰਦਾਨਾ ਰਵੇ ਰਵੇ ਨਾ ਰਵੇ ਬਾਲਾ ਰਵੇ ਨਾ ਰਵੇ ਬਾਬੇ ਨਾਨਕ ਨਾਲ ਇੱਕੋ ਕਰਤਾਰ ਏ ਬੋਲ ਮਰਦਾਨਿਆ ਸਤ ਕਰਤਾਰ ਦੇਖ ਮਰਦਾਨਿਆ ਰੰਗ ਕਰਤਾਰ ਦੇ ਜੋ ਕਰੇਗਾ ਕਰਤਾਰ ਜੋ ਭਾਵੇ ਕਰਤਾਰ ਸਾਈ ਭਲੀ ਗੱਲ ਕਿਸੇ ਚੀਜ਼ ਤੇ ਮੇਰ ਨਹੀਂ ਸੀ ਬਾਬਾ ਨਰ ਸਿੰਘ ਜੀ ਦੀ ਤਖਾਣਾ ਦਾ ਮੈਂ ਮੁੰਡਾ ਕਹਿੰਦੇ ਕਿੱਲੇ ਘੜਨ ਵਾਲਾ ਪਰ ਇੱਕ ਸਾਥ ਸੀ ਬਾਬੇ ਨਾਨਕ ਦਾ ਤੇ ਅੱਜ ਕਿੱਥੇ ਬਾਬੇ ਨੰਦ ਸਿੰਘ ਦਾ ਸਥਾਨ ਨਹੀਂ ਹੈਗਾ ਕਿੱਥੇ ਬਾਬੇ ਨੰਦ ਸਿੰਘ ਦੇ ਨਾਂ ਦੀ ਜਗ੍ਹਾ ਨਹੀਂ ਹੈਗੀ ਉਹਨਾਂ ਨੇ ਜਗ੍ਹਾ ਹੀ ਰੱਬ ਦੇ ਘਰ 'ਚ ਬਣਾ ਲਈ ਗੁਰੂ ਨਾਨਕ ਦੇ ਚਰਨਾਂ 'ਚ ਕਿੱਥੇ ਬਾਬੇ ਨੰਦ ਸਿੰਘ ਦਾ ਨਾਮ ਨਹੀਂ ਟੀਮਾਂ ਨਹੀਂ ਬਣਾਉਣੀਆਂ ਪੈਂਦੀਆਂ ਬੰਦੇ ਨਹੀਂ ਲੈਣੇ ਪੈਂਦੇ ਇੱਕੋ ਹੀ ਸੱਜਣ ਤੇ ਸਭ ਸੱਜਣ ਇਹਨਾਂ ਚੇਤੇ ਰੱਖਿਓ ਕਿ ਜੇ ਤੁਸੀਂ ਚੱਲੇ ਜੇ ਇੱਕ ਨੂੰ ਸੱਜੇ ਬਣਾ ਕੇ ਤੇ ਸਾਰੇ ਤੁਹਾਨੂੰ ਸੱਜਣ ਹੀ ਮਿਲਣਗੇ
ते एक तो मुंह मोड़ के चले जी, एक नूं दूर करके चले जी, एक नाल तोड़ के चले जी, ते एक वैरी सब आद सारा वैरियां दा ही है, जिथे जाओगे तुहाडा बुरा ही करन वाला मिलेगा, धोखा ही देगा, नुकसान ही करेगा। एक वैरी ने जग वैरी बना दिता, एक सज्जन ने जग सज्जन बना दिता। उस सज्जन नूं सच्चा पातशाह शेरशाह दे शाह जिस पास बैठिया, बस अपने मित्र नूं अपने सतगुरु नूं रखो नाल। एक निशाने दे शुरू करांगे ते कोठियां भी बन जांदियां ने, लेवल लैना पैंदा। एक निशाना लैना पैंदा, तुरन लगियां दो दो निशाने काम नहीं करदे, एक दी सेध काम करदी, दो दो थामां च पैर रखण वाले डुब्बे ही पए हुंदे, फटे पए हुंदे, लीरा लीरा हो जाते दो दुआरे। किसी जोगे भी नहीं रेंदे दुआरे। बाबा फरीद जी शक्कर गाइंद एक मरीद आया, कहिंदा जी मैं मरीद बनना तुहाडा, ते मेरी मेरी मेरा फड़ो महाराज हाथ मैनू रखो। कहिंदे जी अज फरीद दे हाथ च हाथ दिता ही ना, किसे दे हाथ च हाथ ना देवी, मर जावे। बाबा ईशर सिंह नूं बाबा नान सिंह ने कहा किसे अगे हाथ ना अड़नी, उन्होंने अड़िया ही नहीं, जोशी जोर ला अटिया सानूं हाथ दिखा रहे हो। कहिंदे नहीं भाई, बड़ा सिरे दा जोश सी। कहिंदे हाथ करना ही नहीं, मैनू मालक दा बचन चेते आ गया, मैं हाथ नहीं करना। बाबा कुंदन सिंह नूं बाबा ईशर सिंह ने महाराज ने कहा भी दिल्ली चले गए बाबा जी दे पिछे, बाबा जी ने ताड़ना की बहुत बड़ी। कहिंदे तू दिल्ली की करना है, चलो सेवा कर गुरु साहब। बाबा जी वापस आ गए, प्रण कर लिया अज तो बाद दिल्ली नहीं जाना। डॉक्टरी इलाज वास्ते बाबा कुंदन सिंह जी नूं जरूरत पै गई कि दिल्ली ही जाना पेगा। बाबा जी कहिंदे प्राण दे देंगे, दिल्ली तां मैं जाना नहीं, मैनूं ना लगे जहाज लै आवांगे जी, इस तरह लै जाएंगे। कहिंदे दिल्ली नहीं जाना, बात बात मारी जाना ना, पर गुरु तो बेमुख होके नहीं मरना। बाबा जी ने बेनती की गुरमे असर ने बाबा जी हजूर साहब, उदो फिर बाबा जी सेवा मुकम्मल तौर पर संत भजन सिंह संभालती सी। बाबा जी भावे हुक्मनामा लैन जान, एक बारी दो बारी दिन च गुरु साहब को जान, उदो 12-13 ड्यूटियां नहीं सी खीरले समय च साल को। फिर बाबा जी दे शरीर बिल्कुल ही जदों जाना हुक्मनामा लै लेना, सेवा भी नहीं होंदी सी, रुमाले नहीं झाड़दे सी, सारा जिहड़ियां ड्यूटियां सी भोग लवाउंदियां, बस्तर झाड़दियां सारियां फिर बाबा जी अपनी सुरत नाल ही करदे सी, फिर सुरत नाल ही करदे सी, फिर शरीर करके नहीं होंदियां सी। कहिंदे बाबा जी हजूर साहब जा गए, किवें जावांगे? गुरमेल सिंह कहिंदे जी प्रबंध कर लैंदे आ, ते उन्होंने मजीठियां सरदारां नाल गलबात कीती, उह कहिंदे ठीक है असीं जहाज दे देंगे जे बाबा जी हजूर साहब जाना चाहुंदे हो, जहाज भेज देंगे, तैयारी हो गई। बाबा जी कहिंदे किहड़े पासिओं? कहिंदे जहाज तां वाया दिल्ली जाएगा। कहिंदे नहीं, फिर कहिंदे जी उपर उपर जाना है। कहिंदे जाना ही नहीं उस पास। पीर ने कहा भी हुण हथ ना देवी किसे अगे,
ਕਿਤੇ ਦਰਿਆ ਚ ਰੁੜ ਗਿਆ। ਜੇ ਰੁੜ ਗਿਆ ਤੇ ਬਾਹਰ ਕੰਢੇ ਖੜੇ ਨੇ ਕਿਹਾ ਵੀ ਹੱਥ ਦੇ ਮੈਂ ਤੈਨੂੰ ਕੱਢਦਾ। ਉਹ ਕਹਿੰਦਾ ਮੈਂ ਪੀਰ ਮੇਰੇ ਨੇ ਕਿਹਾ ਸੀ ਹੱਥ ਨਹੀਂ ਦੇਣਾ। ਦਰਿਆ ਚ ਡਿੱਗ ਪਿਆ ਹੱਥ ਨਹੀਂ ਦਿੱਤਾ, ਕਹਿੰਦਾ ਮੈਂ ਹੱਥ ਨਹੀਂ ਦੇਣਾ ਕਿਸੇ ਹੱਥ। ਉਹ ਕਹਿੰਦੇ ਰੁੜ ਜਾਏਗਾ, ਜਾ ਕਹਿੰਦੇ ਮੇਰੇ ਪੀਰ ਨੂੰ ਤੇਰਾ ਮਰੀਦ ਰੁੜਦਾ ਪਿਆ, ਉਹਨੇ ਤੇਰੇ ਬਗੈਰ ਹੱਥ ਨਹੀਂ ਉਹ ਦੇਣਾ ਕਿਸੇ ਅੱਗੇ। ਤੇ ਬਾਬਾ ਫਰੀਦ ਜੀ ਉੱਠ ਕੇ ਦੌੜੇ ਤੇ ਉਹਦਾ ਹੱਥ ਫੜਿਆ ਤੇ ਉਹਨੂੰ ਬਾਹਰ ਕੱਢਿਆ। ਇੱਕ ਪਿਆਰਾ, ਇੱਕ ਸੱਜਣ, ਇੱਕੋ ਹੀ ਮਿੱਤਰ, ਇੱਕੋ ਹੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਪੜ੍ਹ ਲਓ, ਉਹਨਾਂ ਨੇ ਇੱਕ ਦੀ ਗੱਲ ਕੀਤੀ, ਦੂਜਾ ਕਾਹੇ ਸਿਮਰੀਏ ਜੰਮੇ ਦੇ ਮਰ ਜਾਏ, ਕੋ ਸਿਮਰੋ ਨਾਨਕਾ ਜੋ ਜਲਥ ਰਹਿ ਸਮਾਏ। ਧਨ ਸੋ ਕਾਗਦ ਕਰਮ ਧਨ ਧਨ ਪਾਂਡਾ ਧਨ ਮਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਇੱਕ ਦੇ ਹੋ ਗਏ ਫਿਰ ਨੀ ਕੋਈ ਹੋਰ ਥਾਂ, ਮੈਂ ਹੋਰ ਥਾਂ ਨਹੀਂ, ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁਖ ਤੁਧ ਹੀ ਪਾਸੇ।